ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬੀ ਨਿਊਜ਼ 'ਚ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਰਿਦਮ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਕੁਝ ਖਾਸ ਹੈਡਲਾਈਨਸ 'ਤੇ। ਅਮਰਨਾਥ ਯਾਤਰਾ ਲਈ ਜੰਮੂ ਆਧਾਰ ਕੈਂਪ ਤੋਂ ਤੀਜਾ ਜੱਥਾ ਹੋਇਆ ਰਵਾਨਾ, 6600 ਤੋਂ ਵੱਧ ਤੀਰਥ ਯਾਤਰੀ ਜੱਥੇ 'ਚ ਸ਼ਾਮਲ। ਉੱਤਰਾਖੰਡ 'ਚ ਗੰਗਾ 'ਚ ਵਧਿਆ ਪਾਣੀ ਦਾ ਪੱਧਰ, ਨਦੀ 'ਚ ਰੁੜੀਆਂ ਕਈ ਕਾਰਾਂ, ਕਈ ਸੂਬਿਆਂ 'ਚ ਭਾਰੀ ਮੀਂਹ ਦਾ ਅਲਰਟ ਜਾਰੀ। ਪਹਿਲੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੀ ਸੰਗਤ ਲਈ ਖਾਸ ਖਬਰ, SGPC ਦੇ ਵੱਲੋਂ ਵੀਜ਼ਾ ਪ੍ਰਕਿਰਿਆ ਸ਼ੁਰੂ। ਲੁਧਿਆਣਾ ਤੋਂ ਵੱਡੀ ਖਬਰ, ਕਿਸਾਨਾਂ ਨੇ ਕੈਬਿਨ ਤੇ ਤਰਪਾਲਾਂ ਪਾ ਕੇ ਬੰਦ ਕੀਤਾ ਲਾਡੋਵਾਲ ਟੋਲ ਪਲਾਜ਼ਾ। ਪਿੰਡ ਵਿਕਾਸ ਮੰਤਰੀ ਲਾਲਜੀਤ ਭੁੱਲਰ ਵੱਲੋਂ ਨਜਾਇਜ਼ ਕਬਜ਼ੇ ਹਟਾਉਣ ਸਬੰਧੀ ਅਹਿਮ ਐਲਾਨ, ਸਰਕਾਰੀ ਇਮਾਰਤਾਂ ਦੀ ਸਾਂਭ ਸੰਭਾਲ ਦੇ ਦਿੱਤੇ ਨਿਰਦੇਸ਼। ਤੇ ਹੁਣ ਖਬਰਾਂ ਵਿਸਥਾਰ ਨਾਲ। ਕੇਰਲ ਦੇ ਸੁਦੂਰ ਉੱਤਰੀ ਕਾਸੋਰਗੋਡ ਜ਼ਿਲ੍ਹੇ 'ਚ ਗੂਗਲ ਮੈਪਸ ਦੀ ਵਰਤੋਂ ਕਰਕੇ ਹਸਪਤਾਲ ਜਾਣ ਦਾ ਰਸਤਾ ਲੱਭ ਰਹੇ ਦੋ ਨੌਜਵਾਨਾਂ ਦੀ ਕਾਰ ਨਦੀ ਦੇ ਵਿੱਚ ਡੁੱਬ ਗਈ, ਪਰ ਗੱਡੀ ਦੇ ਇੱਕ ਦਰਖਤ ਦੇ ਨਾਲ ਫਸ ਜਾਣ ਕਾਰਨ ਉਹਨਾਂ ਨੂੰ ਚਮਤਕਾਰੀ ਰੂਪ ਨਾਲ ਬਚਾ ਲਿਆ ਗਿਆ। ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਇਆ। ਇਸ ਵੀਡੀਓ 'ਚ ਫਾਇਰ ਬ੍ਰਿਗੇਡ ਦੇ ਕਰਮਚਾਰੀ ਪਲਾਂਚੀ 'ਚ ਨਦੀ ਦੇ ਵਿੱਚੋਂ ਉਹਨਾਂ ਨੂੰ ਸੁਰੱਖਿਅਤ ਬਾਹਰ ਕੱਢਦੇ ਨਜ਼ਰ ਆਏ, ਜਦੋਂ ਉਹਨਾਂ ਦੀ ਕਾਰ ਪਾਣੀ ਦੇ ਤੇਜ਼ ਵਹਾਅ 'ਚ ਵਹਿ ਕੇ ਇੱਕ ਦਰਖਤ ਦੇ ਵਿੱਚ ਫਸ ਗਈ ਤਾਂ ਉਹ ਕਿਸੇ ਤਰ੍ਹਾਂ ਗੱਡੀ 'ਚੋਂ ਬਾਹਰ ਨਿਕਲ ਕੇ ਫਾਇਰ ਫਾਈਟਰਸ ਨੂੰ ਆਪਣੀ ਸਥਿਤੀ ਤੋਂ ਜਾਣੂ ਕਰਵਾਉਣ ਦੇ ਵਿੱਚ ਕਾਮਯਾਬ ਰਹੇ। ਬਾਅਦ ਦੇ ਵਿੱਚ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਦੋਹਾਂ ਵਿਅਕਤੀਆਂ ਨੂੰ ਰੱਸੀਆਂ ਦੀ ਮਦਦ ਦੇ ਨਾਲ ਸੁਰੱਖਿਅਤ ਬਾਹਰ ਕੱਢਿਆ। ਛੁਡਾਏ ਗਏ ਨੌਜਵਾਨਾਂ ਨੇ ਦੱਸਿਆ ਕਿ ਉਹ ਗੁਆਂਢੀ ਰਾਜ ਕਰਨਾਟਕ ਦੇ ਇੱਕ ਹਸਪਤਾਲ ਜਾ ਰਹੇ ਸਨ, ਜਿਸ ਲਈ ਉਹ ਗੂਗਲ ਮੈਪਸ ਦੀ ਵਰਤੋਂ ਕਰਕੇ ਅੱਗੇ ਵੱਧ ਰਹੇ ਸਨ। ਦੱਖਣ ਕਸ਼ਮੀਰ ਹਿਮਾਲਿਆ ਸਥਿਤ ਗੁਫਾ ਮੰਦਰ ਲਈ ਜੰਮੂ 'ਚ ਭਗਵਤੀ ਨਗਰ ਆਧਾਰ ਕੈਂਪ ਤੋਂ 6619 ਤੀਰਥ ਯਾਤਰੀਆਂ ਦਾ ਤੀਜਾ ਜੱਥਾ ਰਵਾਨਾ ਹੋਇਆ। ਅਧਿਕਾਰੀਆਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ 52 ਦਿਨਾਂ ਦੀ ਸਾਲਾਨਾ ਅਮਰਨਾਥ ਯਾਤਰਾ ਦੇ ਪਹਿਲੇ ਦਿਨ ਕਰੀਬ 14,000 ਤੀਰਥ ਯਾਤਰੀਆਂ ਨੇ 3,880 ਮੀਟਰ ਦੀ ਉਚਾਈ 'ਤੇ ਸਥਿਤ ਗੁਫਾ ਮੰਦਰ 'ਚ ਬਾਬਾ ਬਰਫਾਨੀ ਦੇ ਦਰਸ਼ਨ ਕੀਤੇ। ਇਹ ਯਾਤਰਾ ਅਨੰਤਨਾਗ 'ਚ ਪਹਿਲਗਾਮ ਅਤੇ ਕਾਂਦੇਰਬਲ ਜ਼ਿਲ੍ਹੇ 'ਚ ਬਾਲਟਾਲ ਮਾਰਗ ਤੋਂ ਸ਼ੁਰੂ ਹੋਈ। ਅੱਜ ਤੜਕੇ 4 ਵਜੇ ਦੇ ਕਰੀਬ ਦੋ ਸਮੂਹਾਂ 'ਚ ਤੀਜਾ ਜੱਥਾ 319 ਵਾਹਨਾਂ 'ਤੇ ਸਵਾਰ ਹੋ ਕੇ ਨਿਕਲਿਆ। ਤੀਜੇ ਜੱਥੇ ਦੇ ਵਿੱਚ 1,141 ਔਰਤਾਂ ਨੇ। ਅਧਿਕਾਰੀਆਂ ਨੇ ਦੱਸਿਆ ਕਿ ਤੀਰਥ ਯਾਤਰੀਆਂ ਦੇ ਕਸ਼ਮੀਰ ਲਈ ਰਵਾਨਾ ਹੋਣ ਦੇ ਸਮੇਂ ਜੰਮੂ 'ਚ ਮੀਂਹ ਪੈ ਰਿਹਾ ਸੀ। ਕੁਝ ਸੂਬਿਆਂ ਨੂੰ ਛੱਡ ਕੇ ਪੂਰੇ ਦੇਸ਼ 'ਚ ਮਾਨਸੂਨ ਲਗਭਗ ਪੂਰੀ ਤਰ੍ਹਾਂ ਸਰਗਰਮ ਹੋ ਗਿਆ। ਉੱਤਰਾਖੰਡ 'ਚ ਭਾਰੀ ਮੀਂਹ ਕਾਰਨ ਸ਼ਨੀਵਾਰ ਗੰਗਾ ਨਦੀ ਦੇ ਪਾਣੀ ਦਾ ਪੱਧਰ ਅਚਾਨਕ ਵਧਣ ਕਾਰਨ 8 ਮੋਟਰ ਗੱਡੀਆਂ ਰੁੜ ਗਈਆਂ ਨੇ। 28 ਜੂਨ ਨੂੰ ਮਾਨਸੂਨ ਦਿੱਲੀ ਤੇ ਹਰਿਆਣਾ 'ਚ ਦਾਖਲ ਹੋਇਆ ਸੀ, ਇਸ ਤੇ 3 ਜੁਲਾਈ ਤੱਕ ਪੰਜਾਬ, ਚੰਡੀਗੜ੍ਹ ਤੇ ਰਾਜਸਥਾਨ ਨੂੰ ਪੂਰੀ ਤਰ੍ਹਾਂ ਕਵਰ ਕਰਨ ਦੀ ਉਮੀਦ ਹੈ। ਭਾਰਤੀ ਮੌਸਮ ਵਿਭਾਗ ਨੇ ਅਗਲੇ 4 ਤੋਂ 5 ਦਿਨਾਂ ਦੇ ਅੰਦਰ ਉੱਤਰੀ ਪੱਛਮੀ ਤੇ ਉੱਤਰੀ ਪੂਰਬੀ ਭਾਰਤ 'ਚ ਕਈ ਥਾਵਾਂ ਤੇ ਭਾਰੀ ਮੀਂਹ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਵੀ ਕੀਤੀ ਹੈ। ਮੌਸਮ ਵਿਭਾਗ ਨੇ ਇਹ ਕਿਹਾ ਕਿ ਉੱਤਰਾਖੰਡ, ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰ ਪ੍ਰਦੇਸ਼, ਪੂਰਬੀ ਰਾਜਸਥਾਨ ਤੇ ਪੱਛਮੀ ਮੱਧ ਪ੍ਰਦੇਸ਼ ਦੇ ਵੱਖ ਵੱਖ ਖੇਤਰਾਂ 'ਚ ਬਹੁਤ ਭਾਰੀ ਮੀਂਹ ਪਵੇਗਾ। ਬੀਤੇ ਦਿਨੀ ਰਾਤ ਤੱਕ ਘੱਟ ਦਬਾਅ ਵਾਲੇ ਖੇਤਰ ਉੱਤਰੀ ਪੱਛਮੀ ਬੰਗਾਲ ਦੀ ਖਾੜੀ 'ਚ, ਉੱਤਰੀ ਉੜੀਸਾ ਤੇ ਪੱਛਮੀ ਬੰਗਾਲ ਦੇ ਸਮੁੰਦਰੀ ਕੰਢੇ ਨੇੜੇ ਸਥਿਤ ਸੀ। ਉੱਤਰੀ ਪੂਰਬੀ ਰਾਜਸਥਾਨ, ਬਿਹਾਰ, ਉੱਤਰ ਪ੍ਰਦੇਸ਼ ਦੇ ਪੂਰਬ ਤੇ ਉੱਤਰ ਪੱਛਮ ਦੇ ਵਿੱਚ ਇੱਕ ਚੱਕਰਵਾਤੀ ਚੱਕਰ ਵੀ ਬਣ ਗਿਆ। ਅਸਾਮ ਦੇ ਉੱਤਰੀ ਪੂਰਬੀ ਹਿੱਸੇ 'ਚ ਚੱਕਰਵਾਤੀ ਚੱਕਰ ਆਉਣ ਕਾਰਨ ਅਗਲੇ 5 ਦਿਨਾਂ ਦੌਰਾਨ ਪੱਛਮੀ ਬੰਗਾਲ, ਸਿੱਕਿਮ, ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ, ਨਾਗਾਲੈਂਡ, ਮਣੀਪੁਰ,
ਮਿਜ਼ੋਰਮ ਤੇ ਤ੍ਰਿਪੁਰਾ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਵੇਗੀ। ਕੁਝ ਥਾਵਾਂ ਤੇ ਬਹੁਤ ਭਾਰੀ ਮੀਂਹ ਵੀ ਪੈ ਸਕਦਾ ਹੈ। ਪਹਿਲੇ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਸ਼੍ਰੋਮਣੀ ਕਮੇਟੀ ਦੇ ਵੱਲੋਂ ਸਿੱਖ ਸ਼ਰਧਾਲੂਆਂ ਦਾ ਜੱਥਾ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਨਵੰਬਰ 2024 ਦੇ ਵਿੱਚ ਭੇਜਿਆ ਜਾਵੇਗਾ। ਇਸ ਸੰਬੰਧੀ ਸ਼੍ਰੋਮਣੀ ਕਮੇਟੀ ਦੇ ਵੱਲੋਂ ਵੀਜ਼ਾ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ, ਜਿਸ ਦੇ ਤਹਿਤ ਸੰਗਤਾਂ ਆਪਣੇ ਪਾਸਪੋਰਟ 10 ਅਗਸਤ 2024 ਤੱਕ ਜਮ੍ਹਾਂ ਕਰਵਾ ਸਕਣਗੇ। ਇਸ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜੱਥਾ ਪਾਕਿਸਤਾਨ ਭੇਜਿਆ ਜਾਵੇਗਾ। ਉਹਨਾਂ ਦੱਸਿਆ ਕਿ ਜਿਹੜੇ ਸ਼ਰਧਾਲੂ ਇਸ ਇਤਿਹਾਸਕ ਪੁਰਬ ਦੇ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਾ ਪ੍ਰਕਾਸ਼ ਅਸਥਾਨ ਸ੍ਰੀ ਨਨਕਾਣਾ ਸਾਹਿਬ ਸਮੇਤ ਹੋਰ ਗੁਰਧਾਮਾਂ ਦੇ ਦਰਸ਼ਨ ਕਰਨਾ ਚਾਹੁੰਦੇ ਨੇ, ਉਹ ਆਪਣੇ ਪਾਸਪੋਰਟ ਸ਼੍ਰੋਮਣੀ ਕਮੇਟੀ ਦੇ ਹਲਕਾ ਮੈਂਬਰ ਦੀ ਸਿਫਾਰਿਸ਼ ਸਹਿਤ 10 ਅਗਸਤ ਤੱਕ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਯਾਤਰਾ ਵਿਭਾਗ 'ਚ ਭੇਜਣ। ਪਿਛਲੇ 15 ਦਿਨਾਂ ਤੋਂ ਹੜਤਾਲ ਤੇ ਬੈਠੇ ਕਿਸਾਨਾਂ ਨੇ ਅੱਜ ਲਾਡੋਵਾਲ ਟੋਲ ਪਲਾਜ਼ਾ ਦੇ ਕੈਬਿਨ ਨੂੰ ਤਾਲਾ ਲਗਾਉਣ ਦੀ ਗੱਲ ਕਹੀ ਸੀ, ਪਰ ਅੱਜ ਦੁਪਹਿਰ ਨੂੰ ਤਾਲਾ ਲਗਾਉਣ ਦੀ ਬਜਾਏ ਕੈਬਿਨ ਨੂੰ ਤਰਪਾਲਾਂ ਨਾਲ ਢੱਕ ਦਿੱਤਾ ਗਿਆ ਕਿਉਂਕਿ ਤਾਲਾ ਲਗਾਉਣ ਦੀ ਜਗ੍ਹਾ ਨਹੀਂ ਸੀ। ਇਸ ਦੌਰਾਨ 1000 ਤੋਂ ਵੱਧ ਕਿਸਾਨ ਇਕੱਠੇ ਹੋਏ ਸਨ। ਕਿਸਾਨ ਵਧੇ ਟੋਲ ਰੇਟਾਂ ਨੂੰ ਲੈ ਕੇ ਪਿਛਲੇ 15 ਦਿਨਾਂ ਤੋਂ ਹੜਤਾਲ ਤੇ ਬੈਠੇ ਹੋਏ ਨੇ, ਜਿਸ ਕਾਰਨ ਰੋਜ਼ਾਨਾ ਹਜ਼ਾਰਾਂ ਵਾਹਨ ਬਿਨਾਂ ਟੋਲ ਟੈਕਸ ਦਿੱਤੇ ਹੀ ਲੰਘ ਰਹੇ ਨੇ। ਕਿਸਾਨਾਂ ਦੀ ਮੰਗ ਹੈ ਕਿ ਟੋਲ ਟੈਕਸ ਘਟਾਇਆ ਜਾਵੇ। 1000 ਤੋਂ ਵੱਧ ਕਿਸਾਨ ਇਕੱਠੇ ਹੋਏ ਸਨ। ਕਿਸਾਨ ਵਧੇ ਹੋਏ ਟੋਲ ਰੇਟਾਂ ਨੂੰ ਲੈ ਕੇ ਪਿਛਲੇ 15 ਦਿਨਾਂ ਤੋਂ ਇਹ ਹੜਤਾਲ ਕਰ ਰਹੇ ਨੇ, ਜਿਸ ਕਾਰਨ ਰੋਜ਼ਾਨਾ ਬਹੁਤ ਸਾਰੇ ਵਾਹਨ ਬਿਨਾਂ ਟੋਲ ਦਿੱਤੇ ਹੀ ਉੱਥੋਂ ਗੁਜ਼ਰ ਰਹੇ ਨੇ। ਕਿਸਾਨਾਂ ਦੀ ਮੰਗ ਹੈ ਕਿ ਟੋਲ ਟੈਕਸ ਘਟਾਇਆ ਜਾਵੇ। ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਨੇ ਅੱਜ ਅਧਿਕਾਰੀਆਂ ਨੂੰ ਸੂਬੇ ਦੇ ਵੱਖ ਵੱਖ ਪਿੰਡਾਂ ਦੇ ਵਿੱਚ ਸਰਕਾਰੀ ਇਮਾਰਤਾਂ ਉਸਾਰਨ ਲਈ ਛੱਡੀਆਂ ਥਾਵਾਂ ਨੂੰ ਨਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਦੇ ਨਿਰਦੇਸ਼ ਦਿੱਤੇ ਨੇ। ਕੈਬਨਿਟ ਮੰਤਰੀ ਨੇ ਵਿਭਾਗ ਦੇ ਖੇਤਰੀ ਦਫ਼ਤਰਾਂ ਨੂੰ ਪੰਚਾਇਤਾਂ ਤੇ ਗ੍ਰਾਮ ਸਭਾਵਾਂ ਦੇ ਸਹਿਯੋਗ ਦੇ ਨਾਲ ਇਹਨਾਂ ਜ਼ਮੀਨਾਂ ਨੂੰ ਨਜਾਇਜ਼ ਕਬਜ਼ਿਆਂ ਤੋਂ ਤੁਰੰਤ ਮੁਕਤ ਕਰਵਾਉਣ ਤੇ ਨਿਯਮਤ ਜਾਂਚ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ ਹੈ। ਕੈਬਨਿਟ ਮੰਤਰੀ ਨੇ ਕਿਹਾ ਹੈ ਕਿ ਪਿਛਲੇ ਅਰਸੇ ਦੌਰਾਨ ਉਹਨਾਂ ਦੇ ਵੱਲੋਂ ਵੱਖ ਵੱਖ ਪਿੰਡਾਂ ਦੇ ਦੌਰਿਆਂ ਦੌਰਾਨ ਲੋਕਾਂ ਦੇ ਧਿਆਨ ਦੇ ਵਿੱਚ ਲਿਆਂਦਾ ਹੈ ਕਿ ਪਿੰਡਾਂ ਦੀਆਂ ਫਿਰਨੀਆਂ, ਲਿੰਕ ਸੜਕਾਂ, ਛੱਪੜਾਂ, ਸ਼ਮਸ਼ਾਨ ਘਾਟਾਂ ਦੇ ਰਸਤਿਆਂ, ਪਿੰਡਾਂ ਦੇ ਵਿੱਚ ਸਕੂਲ ਡਿਸਪੈਂਸਰੀਆਂ, ਪਸ਼ੂ ਡਿਸਪੈਂਸਰੀਆਂ, ਪੰਚਾਇਤ ਘਰਾਂ ਤੇ ਹੋਰ ਰਸਤੇ ਆਦਿ ਦੀ ਉਸਾਰੀ ਲਈ ਛੱਡੀਆਂ ਗਈਆਂ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ। ਕੈਬਨਿਟ ਮੰਤਰੀ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਅਜਿਹੇ ਕਬਜ਼ਿਆਂ ਕਾਰਨ ਇਹਨਾਂ ਥਾਵਾਂ ਨੂੰ ਲੋਕ ਹਿੱਤ ਲਈ ਵਰਤਣ ਵੇਲੇ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੀਜੀਆਈ ਨੇ ਮਰੀਜ਼ਾਂ ਨੂੰ ਲੰਬੀਆਂ ਲਾਈਨਾਂ ਤੋਂ ਬਚਾਉਣ ਲਈ ਐਡਵਾਂਸ ਆਈ ਸੈਂਟਰ 'ਚ ਆਨਲਾਈਨ ਰਜਿਸਟ੍ਰੇਸ਼ਨ ਸਹੂਲਤ ਸ਼ੁਰੂ ਕਰ ਦਿੱਤੀ ਹੈ। ਪਾਇਲਟ ਪ੍ਰੋਜੈਕਟ ਤਹਿਤ ਹਾਲੇ ਇਸ ਨੂੰ ਸਿਰਫ ਆਈ ਸੈਂਟਰ 'ਚ ਸ਼ੁਰੂ ਕੀਤਾ ਗਿਆ। ਆਨਲਾਈਨ ਰਜਿਸਟ੍ਰੇਸ਼ਨ ਦੀ ਮਦਦ ਨਾਲ ਮਰੀਜ਼ ਕਿਸੇ ਵੀ ਸ਼ਹਿਰ ਤੋਂ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ, ਜਿਸ ਦੇ ਵਿੱਚ ਮਰੀਜ਼ ਨੂੰ ਉਸਦੇ ਮੁਤਾਬਕ ਇੱਕ ਖਾਸ ਦਿਨ ਤੇ ਤਾਰੀਖ ਮਿਲ ਸਕੇਗੀ। ਇਸ ਦਾ ਲਾਭ ਇਹ ਹੋਵੇਗਾ ਕਿ ਉਸਨੂੰ ਲਾਈਨ 'ਚ ਖੜਾ ਨਹੀਂ ਹੋਣਾ ਪਵੇਗਾ। ਆਨਲਾਈਨ ਰਜਿਸਟ੍ਰੇਸ਼ਨ ਕਰਨ ਵਾਲਿਆਂ ਲਈ ਇੱਕ ਵੱਖਰੀ ਕਤਾਰ ਹੈ। ਇਸ ਨਵੀਂ ਪਹਿਲ 'ਚ ਇੱਕ ਥਰਮਲ ਸਕੈਨਰ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿੱਥੇ ਨਾਂ ਅਤੇ ਉਮਰ ਦਰਜ ਕਰਨ ਤੋਂ ਬਾਅਦ ਇਹ ਮਰੀਜ਼ ਨੂੰ ਦਾਖਲ ਹੋਣ ਸਮੇਂ ਪਰਚੀ ਦਾ ਪ੍ਰਿੰਟ ਆਊਟ ਦਿੰਦੀ ਹੈ। ਇਹ ਪਰਚੀ ਲੈ ਕੇ ਮਰੀਜ਼ ਸਿੱਧਾ ਡਾਕਟਰ ਕੋਲ ਜਾ ਸਕੇਗਾ। ਫਿਲਹਾਲ 200 ਮਰੀਜ਼ਾਂ ਦੀ ਇਸ 'ਚ ਕੈਂਪਿੰਗ ਕੀਤੀ ਗਈ ਹੈ।
ਉਧਰ ਜਲੰਧਰ ਪੁਲਿਸ ਕਮਿਸ਼ਨਰੇਟ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਪੁਲਿਸ ਕਮਿਸ਼ਨਰੇਟ ਨੇ ਖੌਫਨਾਕ ਲੰਡਾ ਗਿਰੋਹ ਦੇ 5 ਨਿਸ਼ਾਨੇਬਾਜ਼ਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਸੁਪਾਰੀ ਕਤਲਾਂ ਤੇ ਫਿਰੌਤੀ ਦੇ ਕਈ ਮਾਮਲਿਆਂ ਦੇ ਵਿੱਚ ਸ਼ਾਮਲ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਹੈ ਕਿ ਪੁਲਿਸ ਨੇ ਜਤਿੰਦਰ ਸਿੰਘ ਦੀ ਸ਼ਿਕਾਇਤ ਦੇ ਆਧਾਰ ਤੇ ਕੁਝ ਦਿਨ ਪਹਿਲਾਂ ਗੁਰਪ੍ਰੀਤ ਸਿੰਘ ਉਰਫ ਗੋਪੀ, ਭੁਪਿੰਦਰ ਸਿੰਘ ਉਰਫ ਬੰਟੀ ਤੇ ਜਗਰੂਪ ਸਿੰਘ ਉਰਫ ਜੋਪਾ ਨੂੰ ਗ੍ਰਿਫਤਾਰ ਕੀਤਾ ਸੀ। ਉਹਨਾਂ ਦੱਸਿਆ ਕਿ ਹੋਰ ਪੁੱਛਗਿੱਛ ਦੇ ਆਧਾਰ ਤੇ ਪੁਲਿਸ ਨੇ ਲੰਡਾ ਗਿਰੋਹ ਦੇ 5 ਹੋਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ 30 ਬੋਰ ਦੇ 3 ਪਿਸਤੌਲ, 2 ਕਾਰਤੂਸ ਸਮੇਤ ਉਹਨਾਂ ਕੋਲੋਂ 32 ਬੋਰ ਦਾ ਇੱਕ ਰਿਵਾਲਵਰ ਵੀ ਬਰਾਮਦ ਕੀਤਾ ਗਿਆ ਹੈ। ਜਿਹੜਾ ਐਕਸਟੋਰਸ਼ਨ ਕੇਸ ਸੀਗਾ ਜਿੱਥੇ ਲਖਵੀਰ ਲੰਡਾ ਇਨਵੋਲਵ ਸੀਗਾ, ਹੀ ਇਜ਼ ਅ ਨੋਨ ਟੈਰਰਿਸਟ, ਇੰਡੀਅਨ ਗਵਰਨਮੈਂਟ ਨੇ ਉਹਨੂੰ ਟੈਰਰਿਸਟ ਡਿਕਲੇਅਰ ਕੀਤਾ ਹੋਇਆ। ਉਸੀ ਕੇਸ ਦੇ ਪਿੱਛੇ ADCP ਇਨਵੈਸਟੀਗੇਸ਼ਨ ਦੀ ਟੀਮਸ ਲੱਗੀ ਹੋਈ ਸੀਗੀਆਂ। 3 ਬੰਦੇ ਪਹਿਲਾਂ ਗ੍ਰਿਫਤਾਰ ਹੋਏ ਸੀਗੇ, ਹੁਣ ਇਹਦੇ ਹੋਰ ਸ਼ੂਟਰ ਪਬਲਿਕ ਫੁੱਟ ਸੋਲਜਰਸ ਆਪਾਂ 5 ਹੋਰ ਗ੍ਰਿਫਤਾਰ ਕੀਤੇ। ਇਹ 5 ਦੇ 5 ਜਿਹੜੇ ਹੈ ਇਹ ਤਰਨ ਤਾਰਨ ਦੇ ਰਹਿਣ ਵਾਲੇ, 4-5 ਪਰਚੇ ਇਹਨਾਂ 'ਤੇ ਦਰਜ ਹੈ। ਇਨ ਦਾ ਸਪੈਨ ਆਫ 15 ਡੇਜ਼ ਇਹ ਓਪਰੇਸ਼ਨ ਚੱਲ ਰਿਹਾ ਸੀਗਾ, ਹੁਣ ਵੀ ਚੱਲ ਰਿਹਾ। ਪਲੱਸ ਟੋਟਲ 5 ਵੈਪਨਸ ਰਿਕਵਰ ਹੋਏ, ਇੱਕ ਪਹਿਲਾਂ ਹੋਇਆ ਸੀਗਾ ਜੀ, ਅਤੇ 4 ਫੋਰਨ ਮੇਡ ਸਮਾਲ ਵੈਪਨ, ਇੱਕ ਰਿਵੋਲਵਰ ਹੈ, 2 9mm ਦੇ ਪਿਸਟਲ ਹੈ ਅਤੇ 1 30-star ਪਿਸਟਲ, ਇਹ ਬਰਾਮਦ ਹੋਇਆ ਇਹਨਾਂ ਤੋਂ। ਪ੍ਰਾਇਮਰੀ ਜਿਹੜੀ ਇਨਵੈਸਟੀਗੇਸ਼ਨ ਹੁਣ ਤੱਕ ਹੋਈ ਹੈ ਇਹਦੇ 'ਚ ਇਹਨਾਂ ਨੇ ਕਾਫੀ ਰੇਕੀ ਵਗੈਰਾ ਕੀਤੀ ਹੋਈ ਸੀਗੀ। 6 ਲੋਕਾਂ ਨੂੰ ਇਹਨਾਂ ਨੇ ਟਾਰਗੇਟ ਕੀਤਾ ਸੀਗਾ ਅਤੇ 5 ਤਾਂ ਐਕਸਟੋਰਸ਼ਨ ਕੇਸ ਵਾਲੇ ਹੈ ਅਤੇ 1 ਰਾਈਵਲ ਗੈਂਗ ਦਾ ਮੈਂਬਰ ਸੀਗਾ ਜਿਹਨਾਂ ਨੂੰ ਇਹਨਾਂ ਨੇ ਮਾਰਨਾ ਸੀਗਾ। ਸੋ ਇਹਨਾਂ ਦੀ ਜਿਹੜੀ ਅਰੈਸਟ ਹੈ ਉਸ ਤੋਂ 5 ਜਿਹੜੀ ਟਾਰਗੇਟਡ ਜਾਂ ਤੁਸੀਂ ਕਹਿ ਸਕਦੇ ਹੋ ਸੁਪਾਰੀ ਕਿਲਿੰਗ ਜਿਹੜੀ ਹੈ ਉਹ ਪ੍ਰੀਵੈਂਟ ਹੋਈ ਹੈ। ਪਲੱਸ ਇਨੀਸ਼ੀਅਲ ਇਨਵੈਸਟੀਗੇਸ਼ਨ 'ਚ ਆ ਵੀ ਆਇਆ ਹੈ ਕਿ ਇਹਨਾਂ ਨੇ ਪਿਛਲੇ 6-8 ਮਹੀਨਿਆਂ 'ਚ 5 ਐਕਸਟੋਰਸ਼ਨ ਰਿਸੀਵ ਕੀਤੀਆਂ, 5 ਲੋਕਾਂ ਤੋਂ ਇਹਨਾਂ ਨੇ ਉਗਰਾਹੀ ਕੀਤੀ ਹੈ ਪੈਸਿਆਂ ਦੀ, ਅਤੇ ਟੋਟਲ ਮਿਲਾ ਕੇ ਪੈਸਾ 1 ਕਰੋੜ ਦੇ ਕਰੀਬ ਹੁੰਦਾ ਹੈ ਅਤੇ ਰਿਕਵਰੀ ਹੋ ਜਾਏਗੀ। ਹੁਣ ਤਾਂ ਅਰੈਸਟ ਹੋਏ ਹੈ, ਵਿਲ ਰਿਕਵਰ ਦਾ ਮਨੀ। ਲੁਧਿਆਣਾ ਦੇ ਰਹਿਣ ਵਾਲੇ ਵਿਅਕਤੀਆਂ ਦੇ ਵੱਲੋਂ ਹਿਮਾਚਲ ਟੈਕਸੀ ਚਾਲਕ ਦਾ ਕਤਲ ਕਰਕੇ ਨਹਿਰ ਦੇ ਵਿੱਚ ਸੁੱਟ ਜਾਣ ਦੇ ਚੱਲਦਿਆਂ ਅੱਜ ਹਿਮਾਚਲ ਪੁਲਿਸ ਸ੍ਰੀ ਕੀਰਤਪੁਰ ਸਾਹਿਬ ਦੇ ਨਾਲ ਲੱਗਦੇ ਖੇਤਰ ਨਹਿਰ ਉੱਤੇ ਜਾਂਚ ਕਰਨ ਲਈ ਪਹੁੰਚੀ, ਜਿੱਥੇ SHO ਮਦਨ ਤੇ ਮਾਨ ਨੇ ਦੱਸਿਆ ਕਿ ਮਨਾਲੀ ਤੋਂ ਲੁਧਿਆਣਾ ਦੇ ਰਹਿਣ ਵਾਲੇ ਵਿਅਕਤੀਆਂ ਦੇ ਵੱਲੋਂ ਇੱਕ ਟੈਕਸੀ ਕਿਰਾਏ ਤੇ ਲਈ ਗਈ ਸੀ। ਟੈਕਸੀ ਜਦੋਂ ਬਿਲਾਸਪੁਰ ਦੇ ਕੋਲ ਪਹੁੰਚੀ ਤਾਂ ਪਿੱਛੇ ਬੈਠੇ ਸਵਾਰ ਵੱਲੋਂ ਟੈਕਸੀ ਖੁਦ ਚਲਾਉਣੀ ਸ਼ੁਰੂ ਕਰ ਦਿੱਤੀ ਗਈ ਤੇ ਕੁਝ ਦੂਰੀ ਤੇ ਜਾਣ ਤੋਂ ਬਾਅਦ ਉਸਦੇ ਸਾਥੀ ਨੇ ਡਰਾਈਵਰ ਦੇ ਗਲੇ ਦੇ ਵਿੱਚ ਕੱਪੜਾ ਪਾ ਕੇ ਉਸਦਾ ਗਲਾ ਘੁੱਟ ਦਿੱਤਾ ਤੇ ਦੂਸਰੇ ਸਾਥੀ ਦੇ ਵੱਲੋਂ ਉਸਦੇ ਸਿਰ ਉੱਤੇ ਪੱਥਰ ਨਾਲ ਵਾਰ ਕੀਤਾ ਗਿਆ, ਜਿਸ ਦੇ ਚੱਲਦੇ ਉਸਦੀ ਮੌਤ ਹੋ ਗਈ। ਕੁਝ ਦੂਰੀ ਤੋਂ ਬਾਅਦ ਉਹਨਾਂ ਦੇ ਵੱਲੋਂ ਇਸਦੀ ਲਾਸ਼ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ, ਜਿਸ ਦੀ ਜਾਣਕਾਰੀ ਸਾਇੰਟੀਫਿਕ ਤਰੀਕੇ ਦੇ ਨਾਲ ਉਹਨਾਂ ਨੇ ਹਾਸਲ ਕੀਤੀ ਤੇ ਤੱਥਾਂ ਦੇ ਆਧਾਰ ਤੇ ਜਾਂਚ ਕਰਦੇ ਹੋਏ ਉਹਨਾਂ ਨੇ ਟਰੈਵਲ ਏਜੰਟ ਤੇ ਮੋਬਾਈਲ ਲੋਕੇਸ਼ਨ ਦੇ ਮਾਧਿਅਮ ਦੇ ਨਾਲ ਇਹਨਾਂ ਨੂੰ ਲੁਧਿਆਣੇ ਦੇ 2 ਅਲੱਗ ਅਲੱਗ ਇਲਾਕਿਆਂ ਦੇ ਵਿੱਚੋਂ ਫੜਨ 'ਚ ਸਫਲਤਾ ਹਾਸਲ ਕੀਤੀ ਹੈ, ਜਿਸ ਦੇ ਵਿੱਚ ਲੁਧਿਆਣਾ ਪੁਲਿਸ ਨੇ ਇਹਨਾਂ ਦੀ ਕਾਫੀ ਮਦਦ ਕੀਤੀ ਤੇ ਹੁਣ ਇਹਨਾਂ ਨੂੰ ਬਰਮਾਣਾ ਪੁਲਿਸ ਥਾਣੇ ਲਿਜਾ ਕੇ ਸਖਤੀ ਦੇ ਨਾਲ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅੱਜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਸਮੁੱਚੀ ਅਕਾਲੀ ਸੀਨੀਅਰ ਲੀਡਰਸ਼ਿਪ ਦੇ ਵੱਲੋਂ ਜ਼ਿਲ੍ਹਾ ਅਕਾਲੀ ਦਲ ਦੀ ਲੀਡਰਸ਼ਿਪ ਸਮੇਤ
ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਹੱਥ ਖੜ ਕੇ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਦੇ ਇੰਚਾਰਜ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਸਾਹਿਬਾਨ ਤੇ ਜ਼ਿਲ੍ਹਾ ਅਕਾਲੀ ਦਲ ਦੇ ਪ੍ਰਧਾਨਾਂ ਸਮੇਤ ਮੀਟਿੰਗ ਦੇ ਵਿੱਚ ਪਹੁੰਚੇ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਵੱਲੋਂ ਸੁਖਬੀਰ ਸਿੰਘ ਬਾਦਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਰਹਿਣ ਦਾ ਮਤਾ ਪਾਸ ਕੀਤਾ ਗਿਆ। ਅਗਵਾ ਨੇ ਕਿਹਾ ਕਿ ਪਾਰਟੀ ਦੇ ਵਿੱਚ ਮਾੜੇ ਚੰਗੇ ਉਤਾਰ ਚੜ੍ਹਾਅ ਆਉਂਦੇ ਰਹਿੰਦੇ ਨੇ ਅਤੇ ਮਾੜੇ ਸਮੇਂ ਦੇ ਵਿੱਚ ਪਾਰਟੀ ਪ੍ਰਧਾਨ ਦਾ ਸਾਥ ਦੇਣਾ ਚਾਹੀਦਾ ਹੈ। ਅੱਜ ਜ਼ਿਲ੍ਹਾ ਜਥਾ ਸ਼੍ਰੋਮਣੀ ਅਕਾਲੀ ਦਲ ਫਤਿਹਗੜ੍ਹ ਸਾਹਿਬ ਦੋਨੋਂ ਜ਼ਿਲ੍ਹਾ ਪ੍ਰਧਾਨ ਸਾਹਿਬਾਨ ਦਿਹਾਤੀ ਅਤੇ ਸ਼ਹਿਰੀ ਉਹਨਾਂ ਦੀ ਅਗਵਾਈ ਦੇ ਵਿੱਚ ਸਮੁੱਚੇ ਜ਼ਿਲ੍ਹੇ ਦੀ ਤਿੰਨੋਂ ਹਲਕਿਆਂ ਦੀ ਮੀਟਿੰਗ ਹੋਈ ਹੈ, ਜਿਹਦੇ 'ਚ ਤਿੰਨੋਂ ਹਲਕਾਂ 'ਚਾਰ ਸਾਹਿਬਾਨ, ਯੂਥ ਦੇ ਸਾਰੇ ਹੀ ਜ਼ਿਲ੍ਹਾ ਪ੍ਰਧਾਨ ਅਹੁਦੇਦਾਰ ਸਾਹਿਬਾਨ, IGPC ਮੈਂਬਰ ਸਾਹਿਬਾਨ, ਸਾਰੀ ਜਥੇਬੰਦੀ ਵੱਖ ਵੱਖ ਵਿੰਗਾਂ ਦੇ ਪ੍ਰਧਾਨ ਸਾਹਿਬਾਨ ਅਹੁਦੇਦਾਰ ਸਾਹਿਬਾਨ ਇਕੱਠੇ ਹੋਏ ਨੇ, ਜਿਹਦੇ ਵਿੱਚ ਮਤੇ ਪਾਏ ਗਏ ਨੇ। ਇੱਕ ਤਾਂ ਮਤਾ ਇਹ ਆ ਕਿ ਸਮੁੱਚੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚਟਾਨਵਾਂ ਕੜੀ ਆ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਅਗਵਾਈ ਦੇ ਵਿੱਚ ਕੰਮ ਕਰਨ ਲਈ ਸਾਰੀ ਜਿਹੜੀ ਜਥੇਬੰਦੀ ਆ ਉਹ ਤਿਆਰ ਬਰ ਤਿਆਰ ਆ। ਦੂਜਾ ਮਤਾ ਜਿਹੜਾ ਪਾਇਆ ਗਿਆ ਇਹ ਜਥੇਬੰਦੀ ਵੱਲੋਂ ਖਾਸ ਤੌਰ ਤੇ ਰੋਸ ਪ੍ਰਗਟ ਕਰਿਆ ਗਿਆ ਕਿ ਜਿਹੜੇ ਆਗੂ ਪਾਰਟੀ ਨੂੰ ਖਰਾਬ ਕਰਨ ਲਈ ਪਾਰਟੀ ਦੀ ਪਿੱਠ 'ਤੇ ਛੁਰਾ ਮਾਰ ਵਾਰ ਵਾਰ ਮਾਰਦੇ ਨੇ, ਬੁੱਕਲ 'ਚ ਰਹਿ ਕੇ ਸੱਪ ਡੰਗ ਮਾਰਦੇ ਨੇ, ਉਹਨਾਂ ਦਾ ਖਾਸ ਧਿਆਨ ਕਰਿਆ ਜਾਵੇ ਅਤੇ ਉਹਨਾਂ ਨੂੰ ਪਾਰਟੀ ਦੇ ਵਿੱਚ ਦੁਬਾਰਾ ਉਹਨਾਂ ਕੁਰਸੀਆਂ ਦੇ ਨਾਂ ਬਿਠਾਇਆ ਜਾਵੇ। ਇਹ ਜ਼ਰੂਰ ਹੱਥ ਬੰਨ ਕੇ ਬੇਨਤੀ ਹੈ ਸਾਰਿਆਂ ਦੀ, ਕਿਉਂਕਿ ਸਾਰੀ ਜਥੇਬੰਦੀ ਅੱਜ ਪਾਰਟੀ ਦੇ ਨਾਲ ਹੈ। ਇਹ ਆਗੂ ਆਉਂਦੇ ਨੇ ਆ ਕੇ ਫਿਰ ਕਿਤੇ ਨਾ ਕਿਤੇ ਪਾਰਟੀ ਨੂੰ ਖਰਾਬ ਕਰਦੇ ਨੇ। ਸੋ ਇਸ ਲਈ ਜਥੇਬੰਦੀ ਦੀ ਇਹੀ ਬੇਨਤੀ ਹੈ ਪ੍ਰਧਾਨ ਸਾਹਿਬ ਨੂੰ ਕਿ ਪਾਰਟੀ ਤੁਹਾਡੇ ਨਾਲ ਹੈ, ਜਥੇਬੰਦੀ ਤੁਹਾਡੇ ਨਾਲ ਹੈ, ਵਰਕਰ ਤੁਹਾਡੇ ਨਾਲ ਹੈ, ਕਾਡਰ ਸਾਰਾ ਤੁਹਾਡੇ ਨਾਲ ਹੈ, ਪਰ ਜਿਹੜੇ ਆਗੂ ਪਾਰਟੀ ਨੂੰ ਕਮਜ਼ੋਰ ਕਰਨ ਦੀ, ਪਾਰਟੀ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਉਹਦੇ ਬਣਦੀ ਕਾਰਵਾਈ। ਉਧਰ ਸਮਰਾਲਾ ਨਜ਼ਦੀਕ ਅੱਜ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ, ਜਿਸ ਦੇ ਵਿੱਚ ਇੱਕ ਔਰਤ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਪਿੰਡ ਹੈਂਡੋ ਤੋਂ ਇੱਕ ਮਾਂ ਤੇ ਉਸਦਾ ਪੁੱਤਰ ਸਮਰਾਲਾ ਵੱਲ ਆ ਰਹੇ ਸਨ ਕਿ ਕੁਝ ਸਮਾਨ ਘਰ ਭੁੱਲ ਗਏ ਤੇ ਕੋਟਲਾ ਸ਼ਮਸਪੁਰ ਤੋਂ ਵਾਪਸ ਘਰ ਵਾਪਸ ਆਉਣ ਲਈ ਮੁੜੇ ਤਾਂ ਲੁਧਿਆਣਾ ਸਾਈਡ ਤੋਂ ਇੱਕ ਤੇਜ਼ ਰਫ਼ਤਾਰ ਰੇਸਰ ਬਾਈਕ ਨੇ ਐਕਟਿਵਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਭਿਆਨਕ ਟੱਕਰ ਦੇ ਨਾਲ ਰੇਸਰ ਬਾਈਕ ਸਵਾਰ ਤੇ ਐਕਟਿਵਾ ਸਵਾਰ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਐਕਟਿਵਾ ਚਲਾ ਰਿਹਾ ਨੌਜਵਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਸ ਨੂੰ ਜ਼ਖਮੀ ਹਾਲਤ ਦੇ ਵਿੱਚ ਸਿਵਲ ਸਮਰਾਲਾ ਹਸਪਤਾਲ ਲਿਆਂਦਾ ਗਿਆ। ਟੱਕਰ ਇੰਨੀ ਭਿਆਨਕ ਸੀ ਕਿ ਰੇਸਰ ਬਾਈਕ ਨੂੰ ਅੱਗ ਲੱਗ ਗਈ, ਜਿਸ ਨੂੰ ਫਾਇਰ ਬ੍ਰਿਗੇਡ ਦੀ ਮਦਦ ਦੇ ਨਾਲ ਬੁਝਾਇਆ ਗਿਆ। ਮ੍ਰਿਤਕ ਔਰਤ ਦੀ ਪਛਾਣ ਪਰਮਿੰਦਰ ਕੌਰ ਪਤਨੀ ਪਰਮਿੰਦਰ ਸਿੰਘ ਵਾਸੀ ਹੈਂਡੋ ਵਜੋਂ ਹੋਈ ਹੈ, ਜਦਕਿ ਮੋਟਰਸਾਈਕਲ ਸਵਾਰ ਨੌਜਵਾਨ ਦੀ ਪਛਾਣ ਵਿਵੇਕ ਵਾਸੀ ਚੰਡੀਗੜ੍ਹ ਵਜੋਂ ਹੋਈ ਹੈ, ਜਦਕਿ ਜ਼ਖਮੀ ਹੋਏ ਨੌਜਵਾਨ ਦੀ ਪਛਾਣ ਸਨਪ੍ਰੀਤ ਸਿੰਘ ਪੁੱਤਰ ਪਰਮਿੰਦਰ ਸਿੰਘ ਵਾਸੀ ਹੈਂਡੋ ਵਜੋਂ ਹੋਈ ਹੈ। ਇਹ ਬਾਈਕ ਸਵਾਰਾਂ ਦੀ ਗਲਤੀ ਨਾਲ ਹੋਇਆ ਜੀ। ਬਾਈਕ ਸਵਾਰ ਯਾਨੀ ਕਿ ਹਰ ਸੰਡੇ ਕਹਿੰਦੇ ਨੇ ਵੀ ਰੋਜ਼ ਹਰ ਸੰਡੇ ਨਿਕਲਦੇ ਨੇ ਇਹ 8 ਤੋਂ 10-15 ਬੰਦੇ ਹੁੰਦੇ ਨੇ, ਹਰ ਸੰਡੇ ਨਿਕਲਦੇ ਨੇ ਇਹ, ਅਤੇ ਇੱਕ ਇੱਥੇ ਸਾਡੇ ਕੱਟ ਆ ਉੱਥੋਂ ਲੋਕਲ ਸਾਡੇ ਹੇਡੋ ਪਿੰਡ ਤੋਂ ਹੀ ਸੀਗੇ ਮਾਂ ਪੁੱਤ, ਉਹ ਜਾ ਰਹੇ ਸੀਗੇ ਰੋਡ ਕੱਟ ਤੋਂ ਰੋਡ ਪਾਰ ਕਰ ਰਹੇ ਸੀਗੇ, ਉਹਨਾਂ ਦੇ ਵਿੱਚ ਇਹ ਵੱਜੇ ਨੇ ਬਹੁਤ ਜ਼ੋਰ ਨਾਲ, ਅਤੇ ਬਾਈਕ ਨੂੰ ਵੀ ਅੱਗ ਲੱਗ ਗਈ ਇਹਨਾਂ ਦੇ ਮੌਕੇ 'ਤੇ, ਅਤੇ ਮੌਕੇ 'ਤੇ ਮੁੰਡੇ ਦੀ ਵੀ ਡੈਥ ਹੋ ਗਈ, ਉਹਨਾਂ ਦੇ ਮਾਤਾ ਜੀ ਦੀ ਵੀ ਡੈਥ ਹੋ ਗਈ, ਅਤੇ ਬਾਈਕ ਖਰਾਬ ਵੀ ਡੈਥ ਹੋ ਗਈ ਇਹਦੀ। ਇਹ ਨਾਲ ਹੀ ਲੋਕਲ ਹੇਡੋ ਪਿੰਡ ਆ ਸਾਡੇ ਨਾਲ ਹੀ ਬਿਲਕੁਲ ਉੱਥੇ ਦੇ ਸੀ। ਹਾਂਜੀ, ਬਾਈਕਰ ਦਾ ਹਜੇ ਕੁਛ ਨਹੀਂ ਕਰ ਰਹੇ ਨੇ, ਪਤਾ ਕਰ ਰਹੇ ਨੇ, ਪਤਾ ਨਹੀਂ ਕਿਹੜੇ ਪਿੰਡ ਤੋਂ ਕਿੱਥੋਂ ਨੇ, ਇਹਦੇ ਨਾਲ ਦੇ ਸੀਗੇ ਜਿਹੜੇ ਉਹ ਮੁੰਡੇ ਭੱਜ ਗਏ, ਉਹ ਖੜੇ ਨਹੀਂ ਗਏ। ਬਾਈਕਰ ਦੀ ਕਿੰਨੀ ਕੀ ਸਪੀਡ ਹੋਊਗੀ? ਬਾਈਕਰ ਤਾਂ 150 ਹੋਊਗਾ ਜੀ, ਨੀਅਰ ਅਬਾਊਟ।
ਕੋਈ ਇਹਨਾਂ ਨੂੰ ਪਰਮਿਸ਼ਨ ਵਗੈਰਾ ਵੀ ਨਹੀਂ ਕਹਿ ਰਹੇ ਨੇ, ਪ੍ਰਸ਼ਾਸਨ ਹੀ ਕਹਿ ਰਿਹਾ ਵੀ ਪਰਮਿਸ਼ਨ ਇਹਨਾਂ ਕੋਲ ਹੁੰਦੀ ਆ, ਉਹ ਤਾਂ ਵੀਰ ਜੀ ਕਹਿ ਕੇ ਹਟੇ ਨੇ ਵੀ ਸਾਨੂੰ ਦਿਖਾਓ, ਜੇ ਹੁੰਦੀ ਆ ਤਾਂ ਸਾਨੂੰ ਦਿਖਾਈ ਜਾਵੇ, ਇਹਨਾਂ ਨੂੰ ਕੋਈ ਕਿਹੜੀ ਪਰਮਿਸ਼ਨ ਹੁੰਦੀ ਆ? ਇਹ ਹਾਈਵੇ ਤਾਂ ਇਹ 100 ਰੋਡ ਤਾਂ ਅਲੱਗ ਹੁੰਦੇ ਨੇ ਬਾਈਕਰ ਵਾਲੇ, ਤਾਂ ਇਸ ਰੋਡ 'ਤੇ ਹਾਈਵੇ 'ਤੇ ਤਾਂ ਮੇਰੇ ਹਿਸਾਬ ਨਾਲ ਬਾਈਕਰ ਨੂੰ ਚੱਲਣਾ ਨਹੀਂ ਚਾਹੀਦਾ ਜੀ। ਇਸ ਬਾਈਕਰ ਦੇ ਨਾਲ ਕੋਈ ਹੋਰ ਵੀ? ਹਾਂ ਸੀਗੇ ਜੀ ਨਾਲ ਦੇ, ਉਹ ਆਲਰੇਡੀ ਭੱਜ ਗਏ ਜੀ, ਉਹ ਰੁਕੇ ਨਹੀਂ ਗਏ, ਉਹ ਤਾਂ ਰੁਕ ਕੇ ਦੇਖਿਆ ਵੀ ਨਹੀਂ ਉਹਨਾਂ ਨੇ ਤਾਂ ਵੀ ਸਾਡੇ ਨਾਲ ਦਾ ਬੰਦਾ ਹੈ ਜਾਂ ਨਹੀਂ ਹੈ ਜਾਂ ਮਰ ਗਿਆ ਜਾਂ ਕੀ ਗੱਲ ਹੈ। ਜਿਹੜੇ ਆਪਣੇ ਲੇਡੀਜ਼ ਦੀ ਮੌਤ ਹੋਈ ਆ, ਹਾਂਜੀ, ਉਹਨਾਂ ਦੇ ਨਾਲ ਕੋਈ ਹੋਰ ਵੀ ਸੀਗਾ? ਹਾਂ ਉਹਨਾਂ ਦੇ ਨਾਲ ਉਹਨਾਂ ਦਾ ਬੇਟਾ ਸੀਗਾ, ਦੱਸ ਰਹੇ ਨੇ, ਉਹਦੀ ਤਾਂ ਬੇਟਾ ਤਾਂ ਲੈ ਗਏ ਨੇ, ਸੀਰੀਅਸ ਸੀਗਾ ਅਤੇ ਮਾਤਾ ਜੀ ਦੀ ਡੈਥ ਹੋ ਗਈ। ਬੀਤੇ ਦਿਨੀ ਅਮਰੀਕਾ ਦੇ ਸ਼ਿਕਾਗੋ ਦੇ ਵਿੱਚ ਰਹਿਣ ਵਾਲਾ ਇੱਕ ਗੁਜਰਾਤੀ ਭਾਰਤੀ ਨੌਜਵਾਨ ਤੇਜਸ ਪਟੇਲ ਪਾਰਸਲ ਲੈਣ ਫਲੋਰੀਡਾ ਆਇਆ ਸੀ। ਪੁਲਿਸ ਨੂੰ ਕਾਰ ਦੀ ਤਲਾਸ਼ੀ ਦੌਰਾਨ ਉਸ ਕੋਲੋਂ 100 ਦੇ ਕਰੀਬ ਸੋਨੇ ਦੇ ਬਿਸਕਿਟ ਮਿਲੇ ਨੇ, ਜਿਸ ਦੀ ਕੀਮਤ $2.6 million ਦੇ ਕਰੀਬ ਹੈ। ਤੇਜਸ ਪਟੇਲ ਜੋ ਸੋਨੇ ਦੇ ਬਿਸਕੁਟਾਂ ਸਮੇਤ ਫੜਿਆ ਗਿਆ, ਉਸ ਦੇ ਬਾਰੇ ਪੁਲਿਸ ਨੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਨੇ। ਮਾਰਟਿਨ ਕਾਉਂਟੀ ਸ਼ੈਰਿਫ ਦੇ ਦਫ਼ਤਰ ਨੇ ਸ਼ਿਕਾਗੋ 'ਚ ਰਹਿਣ ਵਾਲੇ ਗੁਜਰਾਤੀ ਨੌਜਵਾਨ ਤੇਜਸ ਪਟੇਲ ਬਾਰੇ ਕੁਝ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਤੇ ਅਮਰੀਕਾ ਦੇ ਫਲੋਰੀਡਾ ਦੇ ਵਿੱਚ $2.6 million ਦੇ ਸੋਨੇ ਦੇ ਬਿਸਕੁਟਾਂ ਸਮੇਤ ਉਸਨੂੰ ਫੜਿਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਤੇਜਸ ਪਟੇਲ ਲੰਘੇ ਦਿਨੀ 20 ਜੂਨ ਨੂੰ ਫਲੋਰੀਡਾ ਤੋਂ ਪਾਰਸਲ ਲੈਣ ਆਇਆ ਸੀ। ਉਸਨੇ ਇਹ ਪਾਰਸਲ ਇੱਕ ਸੀਨੀਅਰ ਸਿਟੀਜ਼ਨ ਤੋਂ ਲੈਣਾ ਸੀ, ਜਿਸ ਨੇ ਉਸਨੂੰ ਗ੍ਰਿਫਤਾਰੀ ਦੇ ਵਾਰੰਟ ਦੀ ਧਮਕੀ ਦੇ ਕੇ ਸੈਟਲਮੈਂਟ ਲਈ $00,000 ਦਾ ਸੋਨਾ ਹੜੱਪ ਲਿਆ ਸੀ। ਜਿਸ ਬਜ਼ੁਰਗ ਵਿਅਕਤੀ ਨੇ ਇੱਕ ਵਾਰ ਸੋਨਾ ਦਿੱਤਾ ਸੀ, ਉਸਨੂੰ ਫਿਰ ਤੋਂ ਉਹ ਡਰਾ ਧਮਕਾ ਕਿ ਉਸ ਤੋਂ ਹੋਰ ਸੋਨੇ ਦੀ ਮੰਗ ਕੀਤੀ ਗਈ ਸੀ। ਇਸ ਦੇ ਨਾਲ ਹੀ ਸ਼ਿਕਾਗੋ ਦੇ ਰਹਿਣ ਵਾਲੇ ਤੇਜਸ ਪਟੇਲ ਨੂੰ ਉਸਦਾ ਪਾਰਸਲ ਲੈਣ ਲਈ ਮਾਰਟਿਨ ਕਾਉਂਟੀ ਫਲੋਰੀਡਾ ਭੇਜਿਆ ਗਿਆ। ਜਦੋਂ ਤੇਜਸ ਪਟੇਲ ਪੀੜ੍ਹੀ ਤੋਂ ਪਾਰਸਲ ਲੈ ਕੇ ਕਾਰ ਲੈ ਕੇ ਰਵਾਨਾ ਹੋਇਆ ਤਾਂ ਪੁਲਿਸ ਨੇ ਉਸਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਤੇ ਸੜਕ ਤੇ ਉਸ ਤੋਂ ਕੋਲੋਂ ਪੁੱਛਗਿੱਛ ਕਰਨ ਤੋਂ ਬਾਅਦ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਹੋਰ ਖਬਰਾਂ ਲਈ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ। ਫਿਲਹਾਲ ਮੈਨੂੰ ਦਿਓ ਇਜਾਜ਼ਤ, ਪਰ ਜਾਣ ਤੋਂ ਪਹਿਲਾਂ ਇੱਕ ਨਜ਼ਰ ਮੌਸਮ ਦੇ ਹਾਲ ਦੇ ਉੱਪਰ।